ਪਾਉਂਦਾ ਜੀ ਇਹ ਕਦੇ ਬੁੱਝਦੀ ਹੈ ਕਦੇ ਬਲਦੀ ਹੈ ਜੀ ਇਹ ਤਾਂ ਕਾਫੀ ਚਿਰ ਹੋ ਗਿਆ ਇੱਕ ਤਾਂ ਧੁੰਦ ਦਾ ਟਾਈਮ ਹੈਗਾ ਜੀ ਆਉਣ ਜਾਣ ਵਾਲਿਆਂ ਨੂੰ ਦਿੱਕਤ ਹੋ ਜਾਂਦੀ ਖੜਨ ਦੀ ਦਿੱਕਤ ਹੋ ਜਾਂਦੀ ਇੱਥੇ ਗੱਡੀਆਂ ਦੇ ਐਕਸੀਡੈਂਟ ਤੋਂ ਉਹ ਕਾਰਨ ਹੈ ਜੀ ਇੱਥੇ ਜਾਮ ਲੱਗ ਜਾਂਦਾ ਜੀ ਹੋਸਪਿਟਲ ਲਾਗੇ ਬਸ ਸਟੈਂਡ ਤੇ ਸਾਰੀਆਂ ਲਾਈਟਾਂ ਬੰਦ ਆ 15-20 ਦਿਨ ਤੋਂ ਇਹਦੇ ਧੁੰਦ ਕਰਕੇ ਬੰਦੇ ਨੂੰ ਦੁਸਦਾ ਕੁਛ ਨਹੀਂ ਐਕਸੀਡੈਂਟ ਹੋਣ ਦਾ ਖਤਰਾ ਇੱਥੇ ਇਹ ਜਗਾਈਆਂ ਨਾਲ ਲਾਈਟ ਠੀਕ ਹੈ ਅਤੇ ਕੁਛ ਖੱਡੇ ਪਏ ਆ ਇੱਥੇ ਖੱਡਿਆਂ ਦੇ ਬੁਰਾ ਹਾਲ ਆ ਪਾਣੀ ਵਿੱਚੋਂ ਬੰਦਾ ਐਕਸੀਡੈਂਟ ਹੋਣ ਦਾ ਖਤਰਾ ਉਹ ਟਰੈਫਿਕ ਜਾਮ ਰਹਿੰਦਾ ਧੁੰਦ ਵਿੱਚ ਕੁਛ ਪਤਾ ਨਹੀਂ ਲੱਗਦਾ ਠੀਕ ਹੈ ਪਬਲਿਕ ਨੂੰ ਪਰੇਸ਼ਾਨੀ ਆ ਰਹੀ ਹੈ ਉਹ ਜਲਦੀ ਜਲਦ ਚਾਲੂ ਕੀਤਾ ਜਾਵੇ ਲਾਈਟਾਂ ਨੂੰ ਠੀਕ ਨਹੀਂ ਬੰਦ ਕੀਤੀਆਂ ਜਾਣ ਜਾਂ ਤਾਂ ਇਹਨਾਂ ਨੂੰ ਪੱਟ ਕੇ ਲੈ ਜਾਓ ਜਾਂ ਫਿਰ ਇਹਨਾਂ ਨੂੰ ਜਗਾਓ ਠੀਕ ਹੈ ਲਾਉਣ ਦਾ ਕਿਆ ਫਾਇਦਾ ਕਮੇਟੀ ਦਾ ਇੰਨਾ ਖਰਚਾ ਕੀਤਾ ਠੀਕ ਹੈ ਕਿੰਨੇ ਦਿਨ ਬੰਦ ਹੈ 15-20 ਦਿਨ ਹੋ ਗਏ ਅੱਛਾ ਕਦੀ ਜਗਦੀਆਂ ਹੀ ਨਹੀਂ ਇੱਕ ਅੱਧੀ ਜਗਦੀ ਬਾਕੀ ਹੈ ਨਹੀਂ ਜਗਦੀਆਂ ਅਤੇ ਆਹ ਰੋਡ ਸਾਰਾ ਖਰਾਬ ਹੈ ਖੱਡੇ ਹੈ ਐਕਸੀਡੈਂਟ ਹੋਣ ਦਾ ਹਰ ਵੇਲੇ ਖਤਰਾ ਹੈ ਠੀਕ ਹੈ ਅਤੇ ਇੱਕ ਬੱਸ ਸਟੈਂਡ ਦਾ ਗੇਟ ਵੀ ਬੰਦ ਰਹਿੰਦਾ ਇਹ ਤੁਹਾਨੂੰ ਕਦੀ 4 ਵਜੇ ਬੰਦ ਕਰ ਦਿੰਦੇ ਕਦੀ 5 ਵਜੇ ਖੋਲਦੇ ਨਹੀਂ ਆਮ ਲੋਕ ਪਰੇਸ਼ਾਨ ਹੁੰਦੇ ਅੰਦਰ ਜਾਂਦੇ ਬੱਚੇ ਵਾਲੇ ਹੁੰਦੇ ਕੋਈ ਬੈਗ ਵਾਲਾ ਹੁੰਦਾ ਤਾਂ ਡਿੱਗ ਜਾਂਦੀਆਂ ਜਨਾਨੀਆਂ ਸਾਡੇ ਸਾਹਮਣੇ ਗੇਟ ਹੀ ਆ ਇਹ ਵੀ ਜ਼ਰਾ ਇਹਨਾਂ ਨੂੰ ਕਿਹਾ ਜਾਵੇ ਵੀ ਖੋਲ੍ਹ ਕੇ ਰੱਖੋ ਲਾਈਟਾਂ ਕਿਹੜੀ ਕਿਹੜੀ ਜਗ੍ਹਾ ਬੰਦ ਹੈ ਲਾਈਟਾਂ ਸਾਰੀਆਂ ਹੀ ਬੰਦ ਹੈ ਇੱਥੋਂ ਲੈ ਕੇ ਪਰ ਬੱਸ ਸਟੈਂਡ ਇੱਥੋਂ ਨਹਿਰ ਤੋਂ ਪੁਲ ਤੋਂ ਲੈ ਕੇ ਇੱਧਰ ਹੋਸਪਿਟਲ ਤੱਕ ਇੱਧਰ ਚੌਂਕ ਤੱਕ ਬਾਈ ਕਦੇ ਜਗਦੀ ਕਿਆ ਹੋਣਾ ਚਾਹੀਦਾ ਬਸ ਇਹ ਜਗਾਉਣੀਆਂ ਚਾਹੀਦੀਆਂ ਪ੍ਰਸ਼ਾਸਨ ਨੂੰ ਪਬਲਿਕ ਦਾ ਭਲਾ ਕਰਨਾ ਚਾਹੀਦਾ ਪਬਲਿਕ ਵਾਸਤੇ ਆ ਇਹਦੇ 'ਚ ਨਾ ਜੀ ਬਿਜਲੀ ਬੋਰਡ ਨਾਲ ਸੰਬੰਧਿਤ ਕੁਝ ਇਸ਼ੂ ਸੀਗੇ ਸਾਡੇ ਲਾਸਟ ਵੀਕ ਹੀ ਇਹ ਸਾਰਾ ਮਸਲਾ ਹੱਲ ਹੋਇਆ ਅਤੇ ਕੰਸਰਨਡ ਜੇਈ ਸਾਹਿਬ ਨਾਲ ਗੱਲ ਹੋ ਗਈ ਹੈ ਉਹਨਾਂ ਨੇ ਮੈਕਸੀਮਮ 1 ਹਫ਼ਤਾ ਮੰਗਿਆ ਆਪਣੇ ਕੋਲੋਂ ਚੰਡੀਗੜ੍ਹ ਰੋਡ ਦਾ ਅੱਡਾ ਮਾਰਕੀਟ ਦਾ ਵੀ ਸਾਰੀਆਂ ਲਾਈਟਾਂ ਚੱਲ ਜਾਣਗੀਆਂ ਜੀ